ਸੱਲੇ ਅਲਾ ਨਬੀ ਨਾ ਸੱਲੇ ਅਲਾ ਮੁਹੰਮਦ ਸੱਲੇ ਅਲਾ ਸ਼ਫੀ ਨਾ ਸੱਲੇ ਅਲਾ ਮੁਹੰਮਦ ਹਰ ਦਿਲ ਕੀ ਸਿਆਹੀ ਦੂਰ ਹੋ ਸਿਨਾ ਸੰਪਰ ਨੂਰ ਹੋ हर दिल की से आही दूर हो सीना सा पर नूर हो सल्ले आला नबी ना सल्ले आला मुहम्मद सल्ले आला शफी ना सल्ले आला मुहम्मद औज़ुबिल्लाहि मिनश शैतानिर रजीम बिस्मिल्लाहिर रहमानिर रहीम ਮੇਰੇ ਪਿਆਰੇ ਦੋਸਤੋ ਤਸਲਾਮੀ ਪੈਨ ਭਰਾਓ ਅੱਜ ਤੁਹਾਨੂੰ ਇੱਕ ਐਸਾ ਵਜ਼ੀਫਾ ਸ਼ੇਅਰ ਵੀ ਕਰ ਲਾਂਗਾ ਨਾਲ ਵਾਕਿਆ ਵੀ ਥੋੜਾ ਸ਼ੇਅਰ ਕਰ ਲਾਂਗਾ ਇਨਸ਼ਾਅੱਲਾ ਤੁਹਾਨੂੰ ਪਤਾ ਲੱਗੇ ਤਾਂ ਕਿ ਇਸ ਫਾਇਦਾ ਕਿੰਨਾ ਹੋ ਰਿਹਾ ਹੈ ਬੰਦਾ ਇੱਕ ਮੇਰੇ ਕੋਲ ਆਇਆ ਸੀ ਅਜੋ ਵਾਵਾ ਚਿਰ ਪਹਿਲੇ ਠੀਕ ਹੈ ਜੋੜੇਪੁਰ ਰਹਿੰਦਾ ਸਾਡੇ ਰੋਡ ਦੇ ਵਿੱਚ ਕਾਰੋਬਾਰ ਡਾਕ ਉਹਦਾ ਠਾਪੋਇਆ ਪਿਆ ਸੀ ਫੈਕਟਰੀ ਹੈਗੀ ਸੋਦੀ ਰੰਗ ਦੀ ਕੋਈ ਹੋਰ ਨਾਲ ਹੈਗੇ ਸੀ ਕੰਮ ਉਹਦੇ ਗ੍ਰਾਫਿਕ ਵਗੈਰਾ ਬਾਹਰ ਕਰਦੇ ਨੇ ਰੰਗ ਦਾ ਕੰਮ ਤੋਂ ਉਹਦੇ ਗ੍ਰਾਫਿਕ ਉਹ ਬੰਦਾ ਬੈਠੇ ਕਿਧਰ ਰក ਸੀ ਕਹਿੰਦਾ ਜੀ ਬਾਬਾ ਜੀ ਐਸਾ ਵਜ਼ੀਫਾ ਦੱਸ ਦੋ ਬੜੀ ਬੜੀ ਜਗ੍ਹਾ ਜਾ ਕੇ ਬੜੀਆਂ ਮੰਤਾ ਮਨ ਮੰਨ ਕੇ ਠੱਗ ਗਿਆ ਮੰਤਾ ਮੰਨੀਆਂ ਨੇ ਨਹੀਂ ਕੰਮ ਮੇਰਾ ਹੁੰਦਾ ਕੋਈ ਐਸਾ ਵਜ਼ੀਫਾ ਦੱਸੋ ਮੇਰਾ ਕੰਮ ਮੇਲਾ ਪੁੱਤਰ ਕਰਨਾ ਤੂੰ ਹੀ ਤੇ ਖੈਰ ਅੱਲਾ ਨੇ ਪਾਣੀ ਤੇ ਕਰਕੇ ਕੰਮ ਜੇ ਨਾ ਹੋਇਆ ਤਾਂ ਫਿਰ ਤੂੰ ਆ ਕੇ بابا ابو ਨੂੰ ਕਿ ਯਾਰ ਮੈਂ ਵਾਕਈ ਬਾਬਾ ਜੀ ਕੋਈ ਦੱਸਿਆ ਤਾਂ ਕੰਮ ਨਹੀਂ ਹੋਇਆ ਤੇ ਮੇਰੇ ਦੋਸਤੋ ਉਸ ਬੰਦੇ ਨੇ ਉਹਨੂੰ ਬੰਦੇ ਨੂੰ ਮੈਂ ਕਿਹਾ ਸਵੇਰ ਦੀ ਨਮਾਜ਼ ਫਜਰ ਦੀ ਸੁਨਤਾਂ ਪੜ੍ਹ ਕੇ ਤੇ ਫਜਰ ਦੀ ਫਰਜ਼ਾਂ ਤੋਂ ਪਹਿਲੇ ਪਹਿਲੇ 313 ਦਫਾ ਉਹਨੇ ਇਹ ਸਮ ਦੱਸਿਆ ਸੁਭਾਨ ਅੱਲਾਹ ਵਾ ਬਿਹਮਦੀ ਬਾਸ ਇਹ ਤੇ ਜ਼ਿਕਰ ਅੱਗੇ ਨਹੀਂ ਉਸੇ ਪੜ੍ਹਨਾ ਤੁਸੀਂ ਪੜਨਾ ਸੁਭਾਨ ਅੱਲਾਹ ਵਬਿਹਮਦਹੀ ਸੁਭਾਨ ਅੱਲਾਹ ਵਬਿਹਮਦਹੀ ਸੁਭਾਨ ਅੱਲਾਹ ਵਬਿਹਮਦਹੀ 313 ਦਫਾ ਦੋਸਤੋ ਜਦੋਂ ਉਸ ਬੰਦੇ ਨੇ ਜਾ ਕੇ ਪੜਿਆ ਪਹਿਲੇ ਦਿਨ ਪੜਿਆ ਉਹ ਇੱਕ ਕੰਮ ਆ ਗਿਆ ਫੋਨ ਆਇਆ ਉਹਨੂੰ ਕਿ ਆ ਕੇ ਕੰਮ ਆ ਗਿਆ ਦੂਜੇ ਦਿਨ ਪੜ 59 ਦਿਨ ਲਗਾਤਾਰ 7 ਦਿਨ ਪੜਿਆ 7 ਦਿਨ ਕੰਮ ਆਇਆ ਉਸ ਜੀ ਦੇ ਵਿੱਚ ਐਸਾ ਕੰਮ ਕਾਰੋਬਾਰ ਆਸੇ ਐਡਾ ਪਾਵਰ ਵਾਲਾ ਵਜ਼ੀਫਾ ਐਡਾ ਪਿਆਰਾ ਵਜ਼ੀਫਾ ਜੀ ਐਡਾ ਇਸ ਤੋਂ ਵੱਡਾ ਵਜ਼ੀਫਾ ਕੋਈ ਨਹੀਂ ਹੈਗਾ ਦਨਵਾਦ ਆਸਾ ਤੋ ਪੜਨਾ ਕਿ ਸੁਭਾਨ ਅੱਲਾਹ ਵਬਿ ਹਮਦਹਿ ਸੁਭਾਨ ਅੱਲਾਹ ਵਬਿ ਹਮਦਹਿ ਸੁਭਾਨ ਅੱਲਾਹ ਵਬਿ ਹਮਦਹਿ ਸੁਭਾਨ ਅੱਲਾਹ ਵਬਿ ਹਮਦਹਿ ਬਸ ਇਹਦਾ ਤਕਰਾਰ ਕਰਨਾ 313 ਦਫਾ ਅੱਗੇ ਪਿੱਛੇ ਦਰੂਦ ਹੀ ਪੜਨ ਦਰੋਸ਼ ਸ਼ਿਵ ਤੇ ਪੜਨਾ ਲਾਜ਼ਮੀ ਹੈ ਕੋ ਦਸ ਨਾਮ ਦਸ ਤਾ ਤੁਹਾਨੂੰ ਪੜਨਾ ਚਾਹੀਦਾ ਆਪਣੇ ਠੀਕ ਹੈ ਤੇ ਮੇਰੇ ਦੋਸਤੋ ਇਹ ਪੜ ਕੇ ਸੁਣਨਾ ਫਜ਼ਰ ਦੀ ਸੁਣਤਾ ਪੜ ਕੇ ਆਮ ਨਾਲ ਇੱਕ ਸਾਰਤੇ ਮਸਜਿਦ ਬਾਰੇ ਕਾਰ ਬੈਗ ਇਹ ਪੜ ਕੇ 313 ਦਫਾ ਤੇ ਫਰਜ਼ ਦੀ ਨਮਾਜ਼ ਪੜ ਕੇ ਦੁਆ ਕਰਨੀ ਹੈ ਤੇ ਮੇਰੇ ਮੌਲਾ ਤੁਸੀ ਪਹਿਲੇ ਦਿਨ ਹੀ ਪੜੋਗੇ ਪਹਿਲੇ ਦਿਨ ਤੋਂ ਤੁਹਾਨੂੰ ਇਨਸ਼ਾਅੱਲਾ ਇਹ ਕਾਰੋਬਾਰ ਬੰਦ ਹੋਏ ਬੰਦਿਸ਼ ਆਈ ਦੀ ਕਾਰਨ ਦੀ ਬੰਦੂਸ਼ ਖੁੱਲ ਜੇਗੀ ਤੇ ਦੋਸਤੋ ਇਹਨੂੰ ਤੁਸੀਂ ਪੜੋਗੇ ਤਾਂ ਫਿਰ ਤੁਸੀਂ ਬਾਬੇ ਆਪਨ ਦੁਆ ਦੋਗੇ ਔਰ ਫੋਨ ਕਰਕੇ ਤੁਸੀਂ ਸ਼ੁਕਰੀਆ ਵਿਦਾ ਕਰੋਗੇ ਇਨਸ਼ਾਅੱਲਾ ਤਾਲਾ ਇਹ ਤੁਸੀਂ ਪੜਨਾ ਤੇ ਫਿਰ ਤੁਸੀਂ ਇਨਸ਼ਾਅੱਲਾ ਤੁਸੀਂ ਬਾਬੇ ਆਪਨ ਫੋਨ ਕਰ ਦਸਰਾ ਮੇਰਾ ਕੰਮ ਚੱਲਿਆ ਜਾਂ ਨਹੀਂ ਚੱਲਿਆ ਫਿਰ ਤੁਹਾਨੂੰ ਪਤਾ ਲੱਗੇਗਾ ਮੈਨੂੰ ਵੀ ਪਤਾ ਲੱਗੇ ਮੈਂ ਤੁਹਾਨੂੰ ਕੀ ਦੱਸਣਾ ਤੁਹਾਨੂੰ ਵੀ ਪਤਾ ਲੱਗੇ ਬਾਬੇ ਨੇ ਦੱਸਿਆ ਕੰਮ ਵਾਕਈ ਚੱਲਿਆ ਲੋ ਦੋਸਤੋ ਇਹਨੂੰ ਪੜਨਾ ਜੇ ਸਵੇਰ ਦੀ ਫਰਜ਼ਾਂ ਤੋਂ ਪਹਿਲੇ ਸੁਨਤਾ ਪੜੇ ਉਸ ਤੋਂ ਬਾਅਦ 313 ਦਫਾ ਅਗਰ ਬੱਚੇ ਜ਼ਰੂਰੀ ਦਰੂਸ਼ੀ ਪੜ ਕੇ ਸੁਭਾਨ ਅੱਲਾਹ ਵਬਿਹਮਦ ਹੀ ਸੁਭਾਨ ਅੱਲਾਹ ਵਬਿਹਮਦ ਹੀ ਸੁਭਾਨ ਅੱਲਾਹ ਵਬਿਹਮਦ ਹੀ ਹਮਦ ਹੀ ਉਸ ਤੋਂ ਇਹ 313 ਵਾਰ ਪੜੋ ਤੇ ਫਿਰ ਇਨਸ਼ਾ ਅੱਲਾਹ ਤੁਸੀਂ ਬਾਬੇ ਆਪ ਨੂੰ ਦੁਆ ਦੇਓ ਅੱਛਾ ਜੀ ਅਸਲਾਮੁਅਲੈਕੁਮ